ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅੱਜ ਜਾਨੀ 2 ਦਸੰਬਰ 2020 ਨੂੰ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਜੇਕਰ ਦੋਸਤੋ ਤੁਸੀਂ ਆਪਣੇ ਇਸ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਕਬੱਡੀ ਤੋਂ ਰਿਲੇਟਿਡ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚਲੋ ਦੋਸਤੋ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦਾ ਦੋਸਤੋ ਪਹਿਲਾ ਕਬੱਡੀ ਕੱਪ ਹੋ ਰਿਹਾ ਸਿਆਹੜ ਰਾੜਾ ਸਾਹਿਬ ਦੇ ਕਬੱਡੀ ਓਪਨ ਦੇ ਇੱਥੇ ਮੈਚ ਹੋਣਗੇ ਦੋਸਤੋ ਅਤੇ ਇਹਦਾ ਕਬੱਡੀ ਕੱਪ ਲਾਈਵ ਚੱਲੂਗਾ 360 ਉੱਤੇ ਇਸ ਤੋਂ ਬਾਅਦ ਦੋਸਤੋ ਅਗਲਾ ਜਿਹੜਾ ਕਬੱਡੀ ਕੱਪ ਹੈ ਉਹ ਹੈਗਾ ਰੰਗੀਆਂ ਨੇੜੇ ਮਰਿੰਡਾ ਇੱਥੇ ਕਬੱਡੀ ਉੱਜਨੀ ਦੇ ਮੈਚ ਹੋਣਗੇ ਦੋਸਤੋ ਇਹਨਾਂ ਦੀ ਕੋਈ ਡਿਟੇਲ ਅਜੇ ਨਹੀਂ ਆਈ ਕਿਹੜਾ ਵਜਨ ਦੇ ਮੈਚ ਹੋਣਗੇ ਅਗਲਾ ਦੋਸਤੋ ਖੇਡਾਂ ਤਰਮ ਪੂਰੇ ਦੀਆਂ ਜਿਹੜੀਆਂ ਉਹ ਕਬੱਡੀ ਕੱਪ ਰੱਦ ਹੋ ਗਿਆ ਇਹਦੀਆਂ ਨਵੀਆਂ ਡੇਟ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਦੋਸਤੋ ਅਗਲਾ ਟੂ ਡੀ ਅੰਕ ਕਬੱਡੀ ਕੱਪ ਆ ਦੋਸਤੋ ਇੱਥੇ 75 ਕਿਲੋ ਦੇ ਮੈਚ ਹੋਣਗੇ ਦੋ ਪਲੇਅਰ ਬਾਰੋਂ ਖੇਡ ਸਕਦੇ ਨੇ ਫਰਸਟ ਪ੍ਰਾਈਜ਼ 11000 ਰੁਪਏ ਪਲੱਸ ਕੱਪ ਹੋਊਗਾ ਤੇ ਸੈਕੰਡ 7100 ਰੁਪਏ ਪਲੱਸ ਕੱਪ ਹੋਊਗਾ ਦੋਸਤੋ ਅਤੇ ਇੱਥੇ ਹੀ ਕਬੱਡੀ ਓਪਨ ਦੇ ਮੈਚ ਹੋਣਗੇ ਜਿੱਥੇ ਤਿੰਨ ਪਲੇਅਰ ਬਾਰੋਂ ਖੇਡ ਸਕਦੇ ਨੇ ਫਰਸਟ ਪ੍ਰਾਈਜ਼ 41000 ਪਲੱਸ ਕੱਪ ਸੈਕੰਡ 31000 ਰੁਪਏ ਪਲੱਸ ਕੱਪ ਹੋਊਗਾ ਦੋਸਤੋ ਤਾਂ ਐਸੀ ਦੋਸਤੋ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਅਤੇ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਧੰਨਵਾਦ